ਸਸਟੀਕਾਲ ਜੀ, ਸਵਾਗਤ ਹੈ ਤੁਹਾਡਾ HRF ਰਿਵਿਊਜ਼ 'ਚ, ਤੇ ਮੈਂ ਗੁਰਲੀਨ ਅੱਜ ਤੁਹਾਡੇ ਲਈ ਲੈ ਕੇ ਆਈ ਆ ਐਮੀ ਵਿਰਕ ਦੀ ਮੂਵੀ ਓਏ ਮੱਖਣਾ ਦਾ ਰਿਵਿਊ। ਸ਼ੁਰੂਆਤ ਕਰਦੇ ਆ ਕਹਾਣੀ ਤੋਂ। मक्खन अपने चाचा जी दे बहुत क्लोज है ते चाचा जी दा कैरेक्टर गुगू गिल जी ने प्ले किया। मक्खन नू एक कुड़ी दियां सिर्फ अखां देख के उस नाल प्यार हो जांदा है, जिसका नाम रिंपल है। ते रिंपल दा कैरेक्टर तानिया कौर ने प्ले किया, पर रिंपल की कहना है कुछ ऐदा दी मिसअंडरस्टैंडिंग क्रिएट हुंदी है कि मक्खन नू लगदा है कि जो रिंपल है उन्हां दे गवान च रहिंदी है, पर जो कुड़ी मक्खन दे गवान च रहिंदी है ओह रिंपल नहीं गुड्डी हुंदी है। ते इसे मिसअंडरस्टैंडिंग दे चलदिआं अपने चाचा जी नू उन्हां दे घर रिश्ता लैण भेजदा है, ते उहदे चाचा जी मक्खन दा रिश्ता गुड्डी नाल पक्का कर आंदे ने। जदों मक्खन नू इह पता लगदा है कि उसदा रिश्ता गलत कुड़ी नाल जुड़ गया, तां कहानी दे विच बहुत ही फनी ते इंट्रस्टिंग मोड आंदे ने। हुण मक्खन दा व्याह गुड्डी नाल हुंदा है या रिंपल दे नाल, इह पता करन लई तां तुहानू फिल्म देखनी पएगी। ਜਦੇ ਛੋਟਾ ਜਿਹਾ ਸੀ ਨਾ, ਇਹਨੇ ਆਖਿਆ ਕਰਨਾ ਚਾਚਾ ਮੈਂ ਵਿਆਹ ਕਰਾਉਣਾ। ਸੁੱਖ ਨਾਲ 25 ਵਰਿਆਂ ਦਾ ਹੋ ਗਿਆ ਤੇ ਹੁਣ ਮੈਂ ਇਹਦਾ ਸੱਚੀ ਮੁੱਚੀ ਵਿਆਹ ਕਰਾ ਦਿਆਂ। ਓ ਭਾਈ ਸਾਹਿਬ, ਆ ਗੱਡੀ ਸਾਈਡ ਤੇ ਲੱਗ ਜਾਓ। ਫਿਲਮ 'ਚ ਮੈਨੂੰ ਗੁੱਗੂ ਗਿੱਲ ਜੀ ਦਾ ਕੰਮ ਬਹੁਤ ਪਸੰਦ ਆਇਆ। ਉਹਨਾਂ ਨੇ ਇਸ ਵਾਰੀ ਬਹੁਤ ਹੀ ਹਟਕੇ ਤੇ ਵੱਖਰਾ ਕੈਰੇਕਟਰ ਪਲੇ ਕੀਤਾ। ਮੈਨੂੰ ਉਹਨਾਂ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਅੱਛੀ ਲੱਗੀ। ਉਹਨਾਂ ਨੂੰ ਪਰਦੇ ਤੇ ਦੇਖ ਕੇ ਬਹੁਤ ਜ਼ਿਆਦਾ ਮਜ਼ਾ ਆਇਆ। ਐਮੀ ਵਿਰਕ ਦਾ ਕੰਮ ਵੀ ਬਹੁਤ ਅੱਛਾ ਸੀ। ਤਾਨੀਆ ਕੌਰ ਨੇ ਵੀ ਆਪਣਾ ਕੈਰੇਕਟਰ ਬਹੁਤ ਵਧੀਆ ਪਲੇ ਕੀਤਾ, ਤੇ ਸਿੱਧਿਕਾ ਸ਼ਰਮਾ ਦਾ ਕੰਮ ਵੀ ਮੈਨੂੰ ਪਸੰਦ ਆਇਆ। ਇਹਨਾਂ ਤੋਂ ਇਲਾਵਾ ਹਰਦੀਪ ਗਿੱਲ ਜੀ ਦਾ ਕੰਮ ਬਹੁਤ ਅੱਛਾ ਸੀ। ਉਹਨਾਂ ਦੀ ਐਕਟਿੰਗ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ। ਉਹਨਾਂ ਨੂੰ ਵੀ ਪਰਦੇ 'ਤੇ ਦੇਖਣਾ ਮਜ਼ੇਦਾਰ ਹੋਵੇਗਾ। ਸੁਖਵਿੰਦਰ ਚਾਹਲ ਜੀ ਅਤੇ ਤਰਸੇਮ ਪੌਲ ਜੀ ਨੇ ਵੀ ਆਪਣਾ ਕੈਰੇਕਟਰ ਬਹੁਤ ਅੱਛਾ ਪਲੇ ਕੀਤਾ। ਦੋਨੇ ਬਹੁਤ ਹੀ ਉਮਦਾ ਐਕਟਰਸ ਨੇ, ਅਤੇ ਇਸ ਵਿੱਚ ਮੇਰੇ ਇੱਕ ਫੇਵਰੇਟ ਆਰਟਿਸਟ ਵੀ ਨੇ। ਉਹਨਾਂ ਦੀ ਪਰਸਨੈਲਿਟੀ ਮੈਨੂੰ ਬਹੁਤ ਅੱਛੀ ਲੱਗਦੀ ਹੈ। ਉਹਨੇ ਮੈਡਮ ਰੋਜ਼ ਜੇ ਕੌਰ, ਉਹਨਾਂ ਦਾ ਕੰਮ ਮੈਨੂੰ ਬਹੁਤ ਵਧੀਆ ਲੱਗਾ। ਫਿਲਮ ਦੇ ਵਿੱਚ ਰੋਲ ਚਾਹੇ ਉਹਨਾਂ ਦਾ ਛੋਟਾ ਸੀ, ਪਰ ਉਹਨਾਂ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਵਧੀਆ ਸੀ। ਇਹਨਾਂ ਤੋਂ ਇਲਾਵਾ ਮੂਵੀ ਵਿੱਚ ਮੈਡਮ ਸਤਵੰਤ ਕੌਰ, ਮੈਡਮ ਪਰਮਿੰਦਰ ਗਿੱਲ ਵੀ ਨੇ, ਦੋਨੇ ਹੀ ਮੰਜੇ ਹੋਏ ਆਰਟਿਸਟ ਨੇ। ਦੋਨਾਂ ਦਾ ਕੰਮ ਬਹੁਤ ਅੱਛਾ ਸੀ। ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹੂੰਗੀ ਇੱਕ ਐਕਟਰ ਨੂੰ, ਜਿਨ੍ਹਾਂ ਦਾ ਨਾਮ ਦਿਦਾਰ ਗਿੱਲ ਹੈ। ਉਹਨਾਂ ਨੂੰ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਮੂਵੀਜ਼ 'ਚ ਦੇਖਿਆ, ਮੈਨੂੰ ਉਹਨਾਂ ਦਾ ਕੰਮ ਬਹੁਤ ਅੱਛਾ ਲੱਗਦਾ, ਅਤੇ ਇਸ ਮੂਵੀ ਦੇ ਵਿੱਚ ਵੀ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਅਤੇ ਮਜ਼ੇਦਾਰ ਸੀ, ਅਤੇ ਉਹ ਬਹੁਤ ਹੀ ਐਫਰਟਲੈਸਲੀ ਆਪਣੇ ਕੈਰੈਕਟਰ ਨੂੰ ਪਲੇ ਕਰ ਰਹੀ ਸੀ। ਮੂਵੀ ਦੇ ਵਿੱਚ ਇੱਕ ਹੋਰ ਕੈਰੈਕਟਰ ਨੇ ਜਿਨ੍ਹਾਂ ਦਾ ਕੰਮ ਮੈਨੂੰ ਬਹੁਤ ਵਧੀਆ ਲੱਗਿਆ। ਉਹਨਾਂ ਨੇ ਸੋਨੂ ਨਾਮ ਦੀ ਡਾਂਸਰ ਦਾ ਕੈਰੈਕਟਰ ਪਲੇ ਕੀਤਾ। ਮੈਨੂੰ ਉਹ ਫੀਮੇਲ ਆਰਟਿਸਟ ਦਾ ਕਿਤੇ ਵੀ ਨਾਮ ਨਹੀਂ ਮਿਲਿਆ, ਆਈ ਐਮ ਸੋਰੀ, ਪਰ ਉਹਨਾਂ ਦਾ ਕੰਮ ਮੈਨੂੰ ਬਹੁਤ ਅੱਛਾ ਲੱਗਿਆ। ਇਹ ਮੂਵੀ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹੈ। ਉਹਨਾਂ ਦਾ ਕੰਮ ਮੈਨੂੰ ਠੀਕ ਹੀ ਲੱਗਾ। ਸਿਨੇਮੈਟੋਗ੍ਰਾਫੀ ਵੀ ਅੱਛੀ ਸੀ। ਫਿਲਮ ਦੇ ਸੌਂਗਸ ਓਕੇ ਓਕੇ ਸੀ, ਅਤੇ ਇਹ ਫਿਲਮ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ਆਲਦੋ ਸਟੋਰੀ ਦਾ ਫਲੋ ਅੱਛਾ ਸੀ, ਪਰ ਫਿਰ ਵੀ ਸਟੋਰੀ ਦੇ ਵਿੱਚ ਬਹੁਤ ਸਾਰੇ ਲੂਪ ਹੋਲ ਸੀਗੇ। ਜਿਵੇਂ ਕਿ ਇੱਕ ਫੀਮੇਲ ਕੈਰੈਕਟਰ ਹੈ ਜਿਸਦੇ ਭਰਾ ਦਾ ਕੁਛ ਦਿਨਾਂ ਤੱਕ ਵਿਆਹ ਹੋਣ ਵਾਲਾ ਹੈ, ਪਰ ਉਹਨੂੰ ਇਹ ਵੀ ਨਹੀਂ ਪਤਾ ਕਿ ਉਸਦੀ ਭਾਬੀ ਕੌਣ ਹੈ, ਹਾਲਾਂਕਿ ਉਸਦੀ ਭਾਬੀ ਉਸਦੀ ਦੋਸਤ ਵੀ ਹੁੰਦੀ ਹੈ। ਸੋ ਉਹ ਥੋੜ੍ਹਾ ਜਸਟੀਫਾਈਡ ਨਹੀਂ ਲੱਗਾ। ਸੋ ਦੂਜੀ ਗੱਲ ਜੋ ਮੈਨੂੰ ਅਟਪਟੀ ਲੱਗੀ ਉਹ ਇਹ ਹੈ ਕਿ ਜਦੋਂ ਫਿਲਮ ਦੇ ਵਿੱਚ ਕੋਈ ਕੈਰੈਕਟਰ ਬਹੁਤ ਸਟਰੋਂਗਲੀ ਕੋਈ ਸਟੈਂਡ ਲੈ ਜਾਂਦਾ, ਪਰ ਉਸਦਾ ਰੀਜ਼ਨ ਕਿਤੇ ਵੀ ਇਸਟੈਬਲਿਸ਼ ਨਹੀਂ ਕੀਤਾ ਗਿਆ ਹੁੰਦਾ, ਤੇ ਫਿਰ ਉਨੀ ਜਲਦੀ ਉਹ ਕੈਰੈਕਟਰ ਮੰਨ ਵੀ ਜਾਂਦਾ, ਸੋ ਉਹ ਦੇਖਣ 'ਚ ਥੋੜਾ ਆਊਟ ਆਫ ਪਲੇਸ ਲੱਗਦਾ। ਨੰਬਰ ਬੋਲੀ ਤੁਹਾਡਾ, ਉਹ ਮੈਂ ਟਰੂ ਕਲਰ ਤੇ ਚਾੜ ਕੇ ਤੁਹਾਡਾ ਨਾਂ ਚੈੱਕ ਕਰਨਾ ਹੈ। ਵਧੀਆ ਟਰਾਈ ਹੈ, ਪਰ ਕਿਸੇ ਹੋਰ ਕੁੜੀ ਤੇ ਮਾਰੀ ਤਾਂ ਸੋਹਣੀ ਅੱਖਾਂ ਵਾਲੀ ਕੁੜੀ ਗਵਾਂਢੀਆਂ ਦੀ ਆ, ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ। ਮੈਨੂੰ ਚੰਗੀ ਗੱਲ ਇਹ ਲੱਗੀ ਕਿ ਫਿਲਮ ਦੇ ਵਿੱਚ ਕਾਫੀ ਸੋਸ਼ਲ ਇਸ਼ੂਜ਼ ਵੀ ਚੁੱਕੇ ਗਏ, ਜਿਵੇਂ ਕਿ ਕਈ ਡਾਂਸਰਸ ਨੇ ਜੋ ਡਾਂਸ ਕਰਦੀਆਂ ਨੇ ਉਹਨਾਂ ਦੇ ਘਰ ਦੀ ਵੀ ਮਜਬੂਰੀ ਹੁੰਦੀ ਹੈ, ਤੇ ਨਾਲੇ ਜੋ ਗੋਲੀਆਂ ਚਲਾਉਂਦੇ ਨੇ ਵਿਆਹਾਂ ਦੇ ਵਿੱਚ ਉਹਨਾਂ ਨੂੰ ਨਹੀਂ ਚਲਾਉਣੀਆਂ ਚਾਹੀਦੀਆਂ, ਤੇ ਨਾਲੇ ਦਾਜ ਦਾ ਵੀ ਪੁਆਇੰਟ ਉਹਨਾਂ ਨੇ ਕਾਫੀ ਅੱਛੇ ਤਰੀਕੇ ਨਾਲ ਚੁੱਕਿਆ। ਫਿਲਮ ਦੇ ਵਿੱਚ ਕਈ ਜਗ੍ਹਾ ਬਹੁਤ ਹੀ ਅੱਛੀ ਕਾਮੇਡੀ ਕ੍ਰੀਏਟ ਹੋ ਰਹੀ ਸੀ, ਬਹੁਤ ਵਧੀਆ ਪੰਚਿਸ ਸੀਗੇ, ਅਤੇ ਓਵਰਆਲ ਫਿਲਮ ਗੁੱਡ ਵਨ ਟਾਈਮ ਵਾਚ ਸੀ। ਬਸ ਮੈਨੂੰ ਇੱਦਾਂ ਲੱਗਿਆ ਕਿ ਕਹਾਣੀ ਟੂਵਰਡਸ ਦਾ ਐਂਡ ਆਉਂਦੇ ਆਉਂਦੇ ਕਾਫੀ ਵੀਕ ਹੋ ਜਾਂਦੀ ਹੈ, ਅਤੇ ਇਹਨਾਂ ਨੂੰ ਕਹਾਣੀ ਦੇ ਸਿੰਪਲ ਲੂਪ ਹੋਲਸ 'ਤੇ ਧਿਆਨ ਦੇਣਾ ਚਾਹੀਦਾ। ਸੋ ਇਸ ਲਈ ਮੈਂ ਫਿਲਮ ਨੂੰ ਦਊਂਗੀ 2.5 ਸਟਾਰਸ। ਉਮੀਦ ਹੈ ਤੁਹਾਨੂੰ ਅੱਜ ਦਾ ਰਿਵਿਊ ਪਸੰਦ ਆਇਆ ਹੋਵੇਗਾ, ਤੇ ਜੇ ਤੁਹਾਡਾ ਕੋਈ ਸਵਾਲ ਜਾਂ ਮਸ਼ਵਰਾ ਹੈ ਤਾਂ HRF ਰਿਵਿਊਜ਼ ਦਾ ਇੰਸਟਾਗ੍ਰਾਮ ਹੈ HRF_reviews, ਤੁਸੀਂ ਉੱਥੇ ਜਾ ਕੇ ਸਾਨੂੰ ਮੈਸੇਜ ਕਰ ਸਕਦੇ ਹੋ, ਤੇ ਜੇ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਮੇਰੀ ਇੰਸਟਾਗ੍ਰਾਮ ID ਹੈ gurleen_j_singh। ਪਲੀਜ਼ HRF ਰਿਵਿਊਜ਼ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਮਿਲਦੇ ਹਾਂ ਅਗਲੇ ਰਿਵਿਊ ਦੇ ਨਾਲ। ਸਤਿ ਸ਼੍ਰੀ ਅਕਾਲ।